ਜੀ ਨਾਦਰੀ ਨੇ ਮੋਟਰਮ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਬੱਡੀ ਦਾ ਮੈਚ ਜਿਹੜਾ ਉਹ ਖਤਮ ਹੋ ਗਿਆ ਰੋਣ। ਉਸ ਤੋਂ ਬਾਅਦ ਅਸੀਂ ਇੱਥੇ ਨਾ ਥੋੜ੍ਹਾ ਜਿਹਾ ਮੇਲੇ ਦਾ ਨਜ਼ਾਰਾ ਜਿਹੜਾ ਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਸਾਹਮਣੇ ਮੇਲਾ ਲੱਗੇ ਆ ਅਤੇ ਉਹ ਦਰਬਾਰ ਸ਼ਰੀਫ 'ਤੇ ਜਾਂਦੇ ਆ ਔਰ ਉਹ ਵੀ ਸਾਰੇ ਮਨਾਜ਼ਰ ਤੁਹਾਡੇ ਨਾਲ ਸ਼ੇਅਰ ਕਰਨੇ। ਔਰ ਅੱਜ ਦੀ ਇਸ ਵੀਡੀਓ 'ਚ ਫਾਹਦ ਮੀਰ ਸਾਹਿਬ ਔਰ ਬਸ਼ਾਰਤ ਬਾਈ ਮੇਰਾ ਸਾਥ ਦੇ ਰਹੇ ਨੇ। ਇਸ ਟਾਈਮ ਅਸੀਂ ਅਹਿਮਦਨਗਰ ਚੱਠੇ ਤੋਂ ਜਿਹੜਾ ਪੀਰਕੋਟ ਨੂੰ ਰੋਡ ਜਾਂਦਾ ਨਾਜ਼ਰੀਨ ਮੋਹਤਰਮ ਉਸ ਰੋਡ 'ਤੇ ਮੌਜੂਦ ਹਾਂ। ਇੱਥੋਂ ਇੱਕ ਰਸਤਾ ਉਤਰਦਾ ਥੱਲੇ ਨੂੰ ਜਿਹੜਾ ਦਰਬਾਰ ਸ਼ਰੀਫ ਵਾਲੀ ਸਾਈਡ 'ਤੇ ਜਾਂਦਾ। ਇਸ ਰਸਤੇ ਤੋਂ ਅਸੀਂ ਸਿੱਧਾ ਦਰਬਾਰ ਸ਼ਰੀਫ 'ਤੇ ਜਾਵਾਂਗੇ ਔਰ ਲੋਕਾਂ ਦੀ ਮਾਸ਼ਾਅੱਲਾ ਚਹਿਲ ਕਦਮੀ ਤੁਸੀਂ ਵੇਖ ਰਹੇ ਹੋ ਕਿਸਾ ਪੁਰ ਰੌਣਕ ਸਮਾਂ ਜਿਹੜਾ ਉਹ ਬਣਿਆ। ਹਰ ਬੰਦਾ ਜਿਹੜਾ ਮਾਸ਼ਾਅੱਲਾ ਐਂਟਰਟੇਨਮੈਂਟ ਕਰ ਰਿਹਾ ਔਰ ਉਸ ਤੋਂ ਬਾਅਦ ਇੱਧਰ ਕੁਝ ਸਟਾਲ ਲਾਇਆ ਗਿਆ ਬੱਚਿਆਂ ਦੀ ਐਂਟਰਟੇਨਮੈਂਟ ਵਾਸਤੇ, ਕੁਝ ਖਾਣ ਪੀਣ ਵਾਸਤੇ ਸਵੀਟ ਡਿਸ਼ਾਂ ਦਾ ਵੀ ਜਿਹੜਾ ਇਹਤਮਾਮ ਕੀਤਾ ਗਿਆ। ਬਾਕੀ ਅਸੀਂ ਆਪਣੇ ਮੋਟਰਸਾਈਕਲ ਨੂੰ ਇੱਥੇ ਹੀ ਪਾਰਕ ਕਰਾਂਗੇ ਔਰ ਪੈਦਲ ਆਪਣੇ ਸਫ਼ਰ ਨੂੰ ਅੱਗੇ ਜਾਰੀ ਕਰਾਂਗੇ। ਇਸ ਜਗ੍ਹਾ ਦੇ ਉੱਤੇ ਨਾਦਰੀ ਨੇ ਮੋਹਤਰਮ ਤੁਸੀਂ ਵੇਖ ਸਕਦੇ ਹੋ ਕਿ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ। ਲੰਗਰ ਜਿਹੜਾ ਉਹ ਇੱਥੇ ਹੀ ਪਕਾ ਕੇ ਅਤੇ ਫਿਰ ਇੱਥੇ ਹੀ ਤਕਸੀਮ ਕੀਤਾ ਜਾਏਗਾ। ਜੀ ਨਾਦਰੀ ਨੇ ਮੋਹਤਰਮ ਅਤੇ ਤੁਸੀਂ ਕੁਝ ਮਨਾਜ਼ਰ ਵੇਖ ਸਕਦੇ ਹੋ। ਇਸ ਵਕਤ ਦਰਬਾਰ ਸ਼ਰੀਫ ਦੇ ਉੱਤੇ ਧਮਾਲ ਜਿਹੜੀ ਉਹ ਪਾਈ ਜਾ ਰਹੀ, ਕੋਈ ਚਾਦਰ ਲੈ ਕੇ ਆਏ ਨੇ ਕੁਝ ਲੋਕ ਅਤੇ ਉਹ ਚਾਦਰ ਚੜਾ ਰਹੇ ਨੇ। ਸੱਜਣੋ ਅਤੇ ਸਾਥੀਓ, ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਪੀਰਕੋਟ ਆਏ ਸਾਂ ਕਬੱਡੀ ਦਾ ਮੈਚ ਵੇਖਣ ਵਾਸਤੇ ਅਤੇ ਪਤਾ ਲੱਗਾ ਕਿ ਇਸ ਉਰਸ ਮੁਬਾਰਕ ਦੇ ਸਿਲਸਿਲੇ 'ਚ ਕਬੱਡੀ ਦੇ ਮੈਚ ਦਾ ਵੀ ਇਹਤਮਾਮ ਕੀਤਾ ਗਿਆ ਸੀ ਅਤੇ ਅਸਾਂ ਵੀ ਪਹਿਲੀ ਵਾਰੀ, ਮਤਲਬ ਇੱਕ ਜ਼ਿੰਦਗੀ ਦਾ ਚਾਂਸ ਸੀ ਇਸ ਦਰਬਾਰੇ ਆਲੀਆ ਦੇ ਉੱਤੇ ਹਾਜ਼ਰੀ ਦੇਣ ਦਾ, ਅਤੇ ਸੋਚਿਆ ਕਿ ਹੁਣ ਆਪਣੇ ਸਬਸਕ੍ਰਾਈਬਰਸ ਦੇ ਨਾਲ ਮਿਲ ਕੇ ਅਸੀਂ ਇਸ ਦਰਬਾਰੇ ਆਲੀਆ ਦਾ ਇਸ ਉਰਸ ਮੁਬਾਰਕ ਦਾ ਸਾਰਾ ਵਿਜ਼ਿਟ ਕਰਨੇ ਹਾਂ। ਜੀ ਨਾਜ਼ਰੀਨ ਮੋਹਤਰਮ, ਅਤੇ ਇਸ ਵਕਤ ਮੈਂ ਦਰਬਾਰ ਸ਼ਰੀਫ ਦੇ ਅੰਦਰ ਮੌਜੂਦ ਹਾਂ ਹਜ਼ਰਤ ਪੀਰ ਸਿਰਾਜੁਦੀਨ ਰਾਹਿਮਹੁੱਲਾ, ਜਿਨ੍ਹਾਂ ਨੂੰ ਗੌਸੇ ਜ਼ਮਾਂ ਵੀ ਆਖਿਆ ਜਾਂਦਾ ਹੈ। ਇਸ ਟਾਈਮ ਤੁਸੀਂ ਉਹਨਾਂ ਦੇ ਮਜ਼ਾਰ ਅਕਦਸ ਦੇ ਕੁਝ ਮਨਾਜ਼ਰ, ਅੰਦਰੂਨੀ ਮਨਾਜ਼ਰ ਜਿਹੜੇ ਨੇ ਉਹ ਵੇਖ ਰਹੇ ਹੋ। ਮਾਸ਼ਾਅੱਲਾ, ਕਿੰਨੀ ਖੂਬਸੂਰਤ ਸੰਗੇ ਮਰਮਰ ਦੇ ਉੱਤੇ ਨਕਸ਼ ਨਗਾਰੀ ਜਿਹੜੀ ਉਹ ਕੀਤੀ ਗਈ ਹੈ ਲਫ਼ਜ਼ਾਂ ਦੀ। ਸੁਬਹਾਨ ਅੱਲਾਹ, ਸੁਬਹਾਨ ਨਜ਼ਰ ਤੇਰੀ, ਹਿੱਸਾਂ ਸਾਰੀਆਂ ਦੇ ਪੱਲੇ ਛੰਡਿਆ ਮਾਇਆ, ਲੰਮੀ ਬਜ਼ਾਰੋ ਹੱਥ ਵਿੱਚ ਕਾਲੀ ਪੀਰ ਹੋਵੇ, ਉਹਨੂੰ ਡਰ ਕਹਿੰਦਾ ਉਹ ਜਿਹਦਾ ਮਾਮ ਸ਼ਾਪੀ। ਇਸ, ਮਤਲਬ ਉਸ ਮੁਬਾਰਕ ਦੇ ਸਿਲਸਿਲੇ ਦੇ ਵਿੱਚ ਇੱਥੇ ਕੁਝ ਹੈ
ਸਟਾਲ ਵਗੈਰਾ ਲਾਏ ਗਏ ਨੇ ਦੁਕਾਨਾਂ ਦੇ, ਕੁਝ ਬੱਚਿਆਂ ਦੇ ਖਿਡੌਣੇ ਨੇ, ਕੁਝ ਸਵੀਟ ਸ਼ਾਪਸ ਨੇ, ਔਰ ਉਸ ਤੋਂ ਬਾਅਦ ਇੱਧਰ ਕੁਝ ਝੂਲੇ ਜਿਹੜੇ ਨੇ ਬੱਚਿਆਂ ਦੀ ਐਂਟਰਟੇਨਮੈਂਟ ਵਾਸਤੇ ਉਹ ਵੀ ਲਾਏ ਗਏ ਨੇ। ਇਹ ਤੁਸੀਂ ਮਨਾਜ਼ਰ ਸਾਰੇ ਵੇਖ ਸਕਦੇ ਹੋ। ਬਾਕੀ ਇਹ ਲੋਕਾਂ ਦੀ ਅੰਦਰ ਉਸ ਦਾ ਜਿਹੜਾ ਸਿਲਸਿਲਾ ਜਾ ਰਹੀ ਹੈ ਸਾਰੀ ਹੈ। ਫਾਹਦ ਮੀਰ ਸਾਹਿਬ ਔਰ ਬਸ਼ਾਰਤ ਭਾਈ ਜਿਹੜੇ ਨੇ ਉਹ ਕੁਝ ਖਰੀਦ ਫਰੋਖਤ ਕਰ ਰਹੇ ਨੇ ਉੱਥੇ। ਹਾਂ ਜੀ, ਨਹੀਂ ਪਸੰਦ ਆਈ। 250 ਦੀ ਕਹਿੰਦੇ ਨੇ ਅਸਲੀ, 250 ਦੀ ਅਸਲੀ ਹੈ। ਅੱਛਾ ਜੀ, ਕਿਹੜੀ? ਇਹ ਨਗ ਕਿਹੜਾ ਜੀ? ਜੀ ਨਾਦਰੀ ਨੇ ਮਤਲਬ ਮੈਂ ਨੇ ਆਪਣੇ ਫਾਹਦ ਮੀਰ ਸਾਹਿਬ ਸਾਊਦੀਆ ਤੋਂ ਆਏ ਨੇ ਹਮਸਾ ਜੀ ਨੇ ਸਾਡੇ ਮਾਸ਼ਾਅੱਲਾ, ਅਤੇ ਇੱਥੇ ਨਗ ਖਰੀਦਣ ਵਾਸਤੇ ਜਿਹੜਾ ਨਾ ਖਲੋਤੇ ਸਨ, ਅਤੇ ਨਹੀਂ ਪਸੰਦ ਆਇਆ ਨਕਲੀ ਨਗ ਵੀ ਸਾਨੂੰ 250 ਦਾ ਮੜਨ ਦੇ ਚੱਕਰ ਇਸ ਨੇ ਜੀ। ਚਲੀਏ ਆਹੋ। ਬਾਕੀ ਨਾਦਰੀ ਨੇ ਮਤਲਬ ਮੈਂ ਅਸੀਂ ਆਪਣਾ ਛੋਟਾ ਜਿਹਾ ਵਲੌਗ ਪੀਰਕੋਟ ਦੇ ਉਸ ਮੁਬਾਰਕ ਦੇ ਹਵਾਲੇ ਦੇ ਨਾਲ, ਉਮੀਦ ਕਰਨਾ ਤੁਹਾਨੂੰ ਵੀਰਾਂ ਨੂੰ ਵੀਡੀਓ ਚੰਗੀ ਲੱਗੇ ਤੀ, ਵੀਡੀਓ ਨੂੰ ਲਾਈਕ ਕਰਦੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਦੇ। ਬਾਕੀ ਹੁਣ ਅਸੀਂ ਵਾਪਸੀ ਚੱਲਣੇ ਹਾਂ, ਅਤੇ ਇੱਥੇ ਦਾ ਪ੍ਰੋਗਰਾਮ ਸਾਡਾ ਅੱਜ ਫਿਨਿਸ਼ ਹੋ ਗਿਆ। ਚਲੋ ਜੀ, ਫੀ ਅਮਾਨ ਇਲਾ ਜੀ, ਅੱਲਾ ਸੋਹਣੇ ਦੇ ਹਵਾਲੇ।